ਬੋਲੋ। ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ। ਮੈਂ ਨਰਿੰਦਰ ਸਿੰਘ ਟਵਾਣਾ, ਬੇਕਰਫੀਲਡ, ਕੈਲੀਫੋਰਨੀਆ। ਅੱਜ ਆਪਾਂ ਤੁਹਾਡੇ ਨਾਲ ਫਿਗ ਪਲਾਂਟ ਬਾਰੇ ਸਾਂਝ ਪਾਉਂਦੇ ਹਾਂ। ਇਹ ਪਲਾਂਟ 3 ਸਾਲ ਪਹਿਲਾਂ ਮੈਂ ਲਾਇਆ ਸੀ ਅਤੇ ਦੂਸਰੇ ਸਾਲ ਇਹਨੇ ਥੋੜ੍ਹਾ ਫਰੂਟ ਦਿੱਤਾ, ਫਿਰ ਅਸੀਂ ਇਹਦੀ ਪਿਓਨਿੰਗ ਕਰਤੀ। ਇਸ ਸਾਲ ਇਹਦਾ ਫਰੂਟ ਬਹੁਤ ਜ਼ਿਆਦਾ ਆ ਰਿਹਾ ਅਤੇ 2 ਵਾਰੀ ਅਸੀਂ ਪਹਿਲਾਂ ਤੋੜ ਚੁੱਕੇ ਹਾਂ। ਅਤੇ ਇਹਦੀ ਇਹਦਾ ਮੈਨੂੰ ਪਰਮਿੰਦਰ ਸਿੰਘ ਟਵਾਣਾ, ਟਵਾਣਾ ਰੇਡੀਓ, ਉਹ ਸਾਡੇ ਰੈਜੀਡੈਂਸ 'ਤੇ ਆਏ ਤੇ ਪਟਿਆਲੇ, ਉਹਨਾਂ 2 ਪਲਾਂਟ ਲਿਆਉਂਦੇ ਸੀ ਅਤੇ ਉਹ ਉਹਨਾਂ ਅੱਗੇ ਉਹ ਪਲਾਂਟ ਅੱਗੇ ਤੋਂ ਅੱਗੇ ਸਪਲਾਈ ਕਰਦੇ ਨੇ ਤਾਂ ਜੋ ਹਰੇਕ ਬੰਦਾ ਲਾ ਕੇ ਆਪਣਾ ਫਰੂਟ ਤਿਆਰ ਕਰ ਲਵੇ। ਉਸ ਉਹਨਾਂ ਦੇ ਕਰਕੇ ਮੈਂ ਵੀ ਇਹ ਸ਼ੁਰੂ ਕੀਤਾ ਹੈ। ਅੱਜ ਇਹਦਾ ਫਲ ਤੋੜਦੇ ਹਾਂ ਅਤੇ ਦੇਖੋ ਕਿਵੇਂ ਭਰਿਆ ਪਿਆ, ਕਿਵੇਂ ਨਵੇਂ ਨਵੇਂ ਉਹ ਆ ਪਏ ਨੇ। ਬਾਕੀ ਤੁਹਾਨੂੰ ਫਰੂਟ ਦਾ ਸਾਈਜ਼ ਦਿਖਾਉਂਦੇ ਹਾਂ। ਕਿਆ ਬਾਤ ਹੈ, ਕਿਆ ਬਾਤ ਹੈ, ਅੱਜ ਤਾਂ ਬਹੁਤ ਜ਼ਿਆਦਾ ਹੋ ਗਿਆ, ਜ਼ਿਆਦਾ ਪੱਕ ਗਿਆ। ਸਪਲਾਈ ਕਰਾਂਗੇ। ਉਹਨਾਂ ਨੇ ਸਾਰੀ ਇੱਕ ਮੈਥਡ ਹੋਰ ਵੀ ਦੱਸਿਆ ਸੀ ਕਿ ਜੇ ਉਹਨੂੰ ਸੁਕਾ ਕੇ ਵੀ ਰੱਖ ਸਕਦੇ ਆਪਾਂ ਅਤੇ ਇਹਦਾ ਉਹ ਬਣਾ ਸਕਦੇ ਹਾਂ, ਸੌਸ ਬਣਾ ਸਕਦੇ ਹਾਂ। ਓ ਮਾਈ ਗੋਡ, ਬੱਲੇ ਬੱਲੇ ਬਹੁਤ ਅੱਗੇ ਵੀ। ਅੱਛਾ, ਫਿਰ ਪੌੜੀ ਅੱਗੇ ਲੈ ਕੇ ਜਾਣੀ ਪਊਗੀ ਸਾਨੂੰ। ਅੱਜ ਜ਼ਿਆਦਾ ਹੀ ਪੱਕ ਗਿਆ। ਦੇਖਿਓ ਦੇਖਿਓ, ਟੁੱਟ ਨਾ ਜਾਵੇ ਗੁੱਟਾ ਆਪਣਾ। ਬਹੁਤ ਉੱਪਰ ਸੁੱਕ ਵੀ ਗਿਆ ਨਾ। ਹਾਂਜੀ ਹਾਂਜੀ, ਪੱਕ ਗਿਆ ਨਾ। ਹਾਂ, ਲੇਟ ਹੋ ਗਏ ਤੋੜਨਾ ਨਾ ਆਪਾਂ। ਹਾਲੇ ਫੈਂਸ 'ਤੇ ਦੂਸਰੀ ਤਰਫ ਜਾਵਾਂਗੇ, ਉੱਥੇ ਵੀ ਬਹੁਤ ਜ਼ਿਆਦਾ ਫਰੂਟ ਲੱਗਿਆ ਹੈ। ਸਾਡੇ ਕੋਲ ਸਿਹਤ ਲਈ ਬਹੁਤ ਵਧੀਆ ਫਰੂਟ ਹੈ, ਇਹਨੂੰ ਅਸੀਂ ਸੁਕਾ ਕੇ ਵੀ ਰੱਖ ਸਕਦੇ ਹਾਂ, ਇਹਦਾ ਜੈਮ ਵੀ ਬਣਾ ਸਕਦੇ ਹਾਂ। ਓਕੇ, ਸਤਿ ਸ਼੍ਰੀ ਅਕਾਲ।